ਬਰਤਾਨੀਆ ਦੇ ਵਿੱਚ ਹਰ 10 ਸਾਲ ਬਾਅਦ ਮਰਦਮ ਸ਼ੁਮਾਰੀ ਕੀਤੀ ਜਾਂਦੀ ਹੈ। ਇਸ ਵਾਰ ਸਕਾਟਲੈਂਡ ਨੂੰ ਛੱਡ ਕੇ ਬਰਤਾਨੀਆ ਦੇ ਬਾਕੀ ਹਿੱਸਿਆਂ ਪੱਬ ਇੰਗਲੈਂਡ, ਵੇਲਜ਼ ਅਤੇ ਨਾਰਦਰਨ ਦੇ ਵਿੱਚ ਆਇਰਲੈਂਡ ਵਿੱਚ ਇਹ ਮਰਦਮ ਸ਼ੁਮਾਰੀ ਕੀਤੀ ਜਾ ਰਹੀ ਹੈ। 21 ਮਾਰਚ 2021 ਮਰਦਮ ਸ਼ੁਮਾਰੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਬਰਤਾਨੀਆ ਦੀ ਮਰਦਮ ਸ਼ੁਮਾਰੀ ਦਾ ਇਤਿਹਾਸ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸਭ ਤੋਂ ਪਹਿਲੀ ਜਨਗਣਨਾ 1801 ਵਿੱਚ ਹੋਈ ਸੀ, ਜੋ ਲਗਾਤਾਰ ਹੁਣ ਤੱਕ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ। ਆਇਰਲੈਂਡ ਵਿੱਚ ਇਹ 1821 ਤੋਂ ਸ਼ੁਰੂ ਹੋਈ ਸੀ, ਭਾਵੇਂ ਕਿ 1753 ਵਿੱਚ ਬਰਤਾਨੀਆ ਵਿੱਚ ਪਹਿਲੀ ਵਾਰ ਰਾਸ਼ਟਰੀ ਮਰਦਮ ਸ਼ੁਮਾਰੀ ਲਈ ਸੰਸਦੀ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ 'ਤੇ ਧਾਰਮਿਕ ਆਧਾਰ 'ਤੇ ਕਈ ਇਤਰਾਜ਼ ਉਠਾਏ ਗਏ ਅਤੇ ਯੋਜਨਾ ਠੰਡੇ ਵਾਸਤੇ ਵਿੱਚ ਪੈ ਗਈ। ਅਖੀਰ ਬਰਤਾਨੀਆ ਦੀ ਸੰਸਦ ਵਿੱਚ ਆਬਾਦੀ ਕਾਨੂੰਨ ਸੰਨ 1800 ਵਿੱਚ ਪਾਸ ਹੋਇਆ ਅਤੇ 1801 ਵਿੱਚ ਪਹਿਲੀ ਵਾਰ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਵਿੱਚ ਮਰਦਮ ਸ਼ੁਮਾਰੀ ਕੀਤੀ ਗਈ। ਲਹਿੰਦੇ ਅਤੇ ਚੜ੍ਹਦੇ ਪੰਜਾਬ ਤੋਂ ਆਏ ਪੰਜਾਬੀਆਂ ਦੀ ਵੱਡੀ ਵਸੋਂ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੱਸਦੀ ਹੈ। ਇੱਥੇ ਪੰਜਾਬੀਆਂ ਦੇ ਵੱਡੇ ਵੱਡੇ ਕਾਰੋਬਾਰ ਨੇ, ਇੱਥੋਂ ਤੱਕ ਕਿ ਬਰਤਾਨੀਆ ਦੇ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਦਾ ਨਾਤਾ ਵੀ ਪੰਜਾਬ ਦੇ ਨਾਲ ਹੈ ਅਤੇ ਉਹਨਾਂ ਦੇ ਵਡੇਰੇ ਅੰਮ੍ਰਿਤਸਰ ਤੋਂ ਆ ਕੇ ਬਰਤਾਨੀਆ ਵਸੇ ਨੇ। ਇਸੇ ਸਮੇਂ ਬਰਤਾਨੀਆ ਦੀ ਸੰਸਦ ਵਿੱਚ ਐੱਮ ਪੀ ਵਰਿੰਦਰ ਸ਼ਰਮਾ, ਐੱਮ ਪੀ ਸੀਮਾ ਮਲਹੋਤਰਾ, ਐੱਮ ਪੀ ਤਰਨਮਨਜੀਤ ਸਿੰਘ ਢੇਸੀ, ਐੱਮ ਪੀ ਪ੍ਰੀਤ ਕੌਰ ਗਿੱਲ, ਗਗਨ ਮਹਿੰਦਰਾ ਅਤੇ ਨਾਡੀਆ ਵਿਟੋਮ ਜਿੱਥੇ ਹਾਊਸ ਆਫ ਕਾਮਨਜ਼ ਵਿੱਚ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦਾ ਮਾਣ ਹਨ, ਉੱਥੇ ਹੀ ਉੱਪਰਲੇ ਸਾਧਨ ਹਾਊਸ ਆਫ ਲਾਰਡਜ਼ ਵਿੱਚ ਲਾਰਡ ਇੰਦਰਜੀਤ ਸਿੰਘ, ਲਾਰਡ ਦਲਜੀਤ ਸਿੰਘ ਰਾਣਾ, ਲਾਰਡ ਰਣਵੀਰ ਸਿੰਘ ਸੂਰੀ, ਬੈਰੋਨੈਸ ਸੰਦੀਪ ਸ਼ਰਮਾ, ਲਾਰਡ ਰਮੀ ਰੇਂਜਰ ਵੀ ਚੜ੍ਹਦੇ ਪੰਜਾਬ ਦੇ ਪੰਜਾਬੀ ਪਿਛੋਕੜ ਬਣੇ ਨੇ। ਲਹਿੰਦੇ ਪੰਜਾਬ ਵੱਲੋਂ ਟੋਬਾ ਟੇਕ ਸਿੰਘ ਦੇ ਨਾਲ ਸੰਬੰਧਿਤ ਸਾਬਕਾ ਗ੍ਰਹਿ ਮੰਤਰੀ ਅਤੇ ਸਾਬਕਾ ਖਜ਼ਾਨਾ ਮੰਤਰੀ ਸਾਜਿਦ ਜਾਵੇਦ ਤੋਂ ਇਲਾਵਾ ਐੱਮ ਪੀ ਖਾਲਿਦ ਮਹਿਮੂਦ, ਵਾਜਿਦ ਖਾਨ, ਲਾਰਡ ਬਰੈਸਟਰ ਇਮਰਾਨ ਹੁਸੈਨ, ਜ਼ਾਰਾ ਸੁਲਤਾਨਾ, ਨਾਜ਼ੀਆ ਸ਼ਾਹ ਸਮੇਤ ਦੋਵੇਂ ਸਦਨਾਂ ਵਿੱਚ ਕਈ ਸੰਸਦ ਮੈਂਬਰ ਪੰਜਾਬੀ ਜਵਾਨ ਵਾਲੇ ਹਨ ਜਾਂ ਪੰਜਾਬੀ ਪਿਛੋਕੜ ਵਾਲੇ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ। ਮਰਦਮਸ਼ੁਮਾਰੀ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦਾ ਸਿੱਧਾ ਸੰਬੰਧ ਆਮ ਲੋਕਾਂ ਦੇ ਨਾਲ ਜੁੜਿਆ ਹੁੰਦਾ ਹੈ। ਇਸ ਗਿਣਤੀ ਦੇ ਹਿਸਾਬ ਦੇ ਨਾਲ ਹੀ ਸਰਕਾਰ ਲੋਕਾਂ ਦੀਆਂ ਲੋੜਾਂ ਨੂੰ ਸਮਝਣ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਨੀਤੀਆਂ ਬਣਾਉਂਦੀ ਹੈ। ਇਹਨਾਂ ਫਾਰਮਾਂ ਦੇ ਖਾਨਾ ਨੰਬਰ 16 ਵਿੱਚ ਧਰਮ ਬਾਰੇ ਪੁੱਛਿਆ ਗਿਆ ਹੈ, ਪਰ ਇਸ ਖਾਨੇ ਨੂੰ ਭਰਨਾ ਲਾਜ਼ਮੀ ਨਹੀਂ ਹੈ। ਵਿਅਕਤੀ ਦੀ ਖੁਦ ਦੀ ਮਰਜ਼ੀ ਹੈ ਕਿ ਉਹ ਦੱਸਣਾ ਚਾਹੁੰਦਾ ਹੈ ਜਾਂ ਨਹੀਂ, ਪਰ ਇਸ ਖਾਨੇ ਦੇ ਜਵਾਬ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਧਰਮ ਨਹੀਂ, ਫਿਰ ਈਸਾਈ, ਬੋਧੀ, ਹਿੰਦੂ, ਯਹੂਦੀ, ਮੁਸਲਿਮ, ਸਿੱਖ ਅਤੇ ਹੋਰ ਧਰਮ ਕਾਰੋਬਾਰ ਲਿਖੇ ਹੋਏ ਨੇ। ਇਸ ਵਿੱਚ ਸਿੱਖਾਂ ਨੂੰ ਸਿੱਖ ਧਰਮ ਅੱਗੇ ਸਹੀ ਦਾ ਨਿਸ਼ਾਨ ਲਗਾਉਣ ਲਈ ਸਿੱਖ ਸੰਸਥਾਵਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਲੇਕਿਨ ਇਸ ਫਾਰਮ ਦਾ ਸਭ ਤੋਂ ਵੱਡਾ ਜੱਦੋਜਹਿਦ ਅਤੇ ਵਿਵਾਦ ਵਾਲਾ ਖਾਨਾ 15 ਹੈ। ਇਸ ਵਿੱਚ ਸਿੱਖਾਂ ਨੂੰ ਇੱਕ ਐਥਨਿਕ ਗਰੁੱਪ ਵਜੋਂ ਦਰਸਾਉਣ ਦੇ ਲਈ ਪਿਛਲੇ 3 ਦਹਾਕਿਆਂ ਤੋਂ ਯਤਨ ਕੀਤੇ ਜਾ ਰਹੇ ਨੇ। ਕਾਨੂੰਨੀ ਲੜਾਈਆਂ ਲੜੀਆਂ ਗਈਆਂ ਹਨ, ਲੇਕਿਨ ਅਜੇ ਤੱਕ ਸਿੱਖਾਂ ਨੂੰ ਸਫਲਤਾ ਨਹੀਂ ਮਿਲੀ। ਸਿਰਫ ਸਕਾਟਿਸ ਸਰਕਾਰ ਵੱਲੋਂ ਇਸ ਖਾਨੇ ਦੇ ਅਖੀਰ ਵਿੱਚ ਆਦਰ ਐਥਨਿਕ ਖਾਨੇ ਵਿੱਚ ਅਰਬ ਤੋਂ ਅੱਗੇ ਹੋਰ ਐਥਨਿਕ ਗਰੁੱਪ ਵਿੱਚ ਉਦਾਹਰਣ ਦੇ ਤੌਰ 'ਤੇ ਸਿੱਖ ਲਿਖਣ ਲਈ ਸਹਿਮਤੀ ਦਿੱਤੀ ਗਈ ਹੈ, ਪਰ ਕੋਰੋਨਾ ਕਾਰਨ ਸਕਾਟਲੈਂਡ ਵਿੱਚ ਮਰਦਮਸ਼ੁਮਾਰੀ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਸਕਾਟਿਸ ਜਨਸੰਖਿਆ ਫਾਰਮ ਜਨਤਕ ਨਹੀਂ ਹੋ ਸਕਿਆ। ਸਿੱਖਾਂ ਦੀ ਵੱਖਰੀ ਗਿਣਤੀ ਹਰ ਸਿੱਖ ਚਾਹੁੰਦਾ ਹੈ ਕਿ ਜਿਸ ਦੇ ਕਈ ਕਾਰਨ ਹਨ, ਪਰ ਮੁੱਖ ਤੌਰ 'ਤੇ 5 ਕਾਰਨ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਹਨ। ਦਸਤਾਰ ਨੂੰ ਲੈ ਕੇ ਕਈ ਵਾਰ ਮੁਸ਼ਕਲਾਂ ਖੜੀਆਂ ਹੋਈਆਂ ਨੇ। ਕਿਰਪਾਨ ਅਤੇ ਕੜੇ ਦੇ ਕਈ ਕੇਸ ਸਾਹਮਣੇ ਆਏ ਹਨ। ਇੱਥੇ ਹੀ ਬਸ ਨਹੀਂ, 2001 ਵਿੱਚ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲੇ ਤੋਂ ਬਾਅਦ ਸਿੱਖਾਂ ਨੂੰ ਮੁਸਲਿਮ ਸਮਝ ਕੇ ਹਮਲੇ ਹੋਏ, ਜਿਸ ਤੋਂ ਬਾਅਦ ਸਿੱਖ ਪਹਿਚਾਣ ਨੂੰ ਲੈ ਕੇ ਚੇਤਨਾ ਮੁਹਿੰਮਾਂ ਸ਼ੁਰੂ ਹੋਈਆਂ। ਸਿੱਖ ਫੈਡਰੇਸ਼ਨ ਬਰਤਾਨੀਆ ਅਤੇ ਹੋਰ ਸਿੱਖ ਸੰਸਥਾਵਾਂ ਦਾ ਇਹ ਮੰਨਣਾ ਹੈ ਕਿ ਸਿੱਖਾਂ ਦੀ ਇੱਕ ਨਸਲੀ ਗਰੁੱਪ ਵਜੋਂ ਵੀ ਗਿਣਤੀ ਹੋਵੇ, ਕਿਉਂਕਿ ਸਿੱਖ ਵੱਖਰੀ ਕੌਮ ਹੈ, ਵੱਖਰੀ ਨਸਲ ਹੈ। ਪੰਜਾਬੀ ਲਿਖਣ ਨਾਲ ਇਹ ਮਸਲਾ ਹੋਰ ਵੀ ਗੁੰਝਲਦਾਰ ਹੋ ਜਾਵੇਗਾ, ਕਿਉਂਕਿ ਪੰਜਾਬੀ ਹਿੰਦੂ, ਪੰਜਾਬੀ ਮੁਸਲਿਮ, ਪੰਜਾਬੀ ਈਸਾਈ ਆਦਿ ਧਰਮਾਂ ਦੇ ਲੋਕ ਵੀ ਨੇ, ਲੇਕਿਨ ਉਹਨਾਂ ਦੀਆਂ ਮੁਸ਼ਕਲਾਂ ਅਤੇ ਲੋੜਾਂ ਸਿੱਖਾਂ ਦੇ ਨਾਲੋਂ ਵੱਖ ਨੇ। ਨੀਤੀਕਾਰਾਂ ਨੂੰ ਇਸ ਵਖਰੇਵੇਂ ਨੂੰ ਆਧਾਰ ਬਣਾ ਕੇ ਨੀਤੀਆਂ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਪਰ ਜੇ ਸਿੱਖਾਂ ਦੀ ਇੱਕ ਵੱਖਰੀ ਕੌਮ ਅਤੇ ਵੱਖਰੀ ਨਸਲ ਵਜੋਂ ਗਿਣਤੀ ਲਾਜ਼ਮੀ ਤੌਰ 'ਤੇ ਨਸਲੀ ਖਾਨੇ ਵਿੱਚ ਕੀਤੀ ਜਾਂਦੀ ਹੈ, ਤਾਂ ਦੁਨੀਆ ਦੇ ਹਰ ਖਿੱਤੇ ਵਿੱਚੋਂ ਆਏ ਸਿੱਖਾਂ ਦੀ ਸਮੱਸਿਆ ਦਾ ਹੱਲ ਸੌਖਾ ਨਿਕਲਦਾ। ਅੰਕੜਾ ਸੰਗ੍ਰਹਿ ਵਿਭਾਗ ਵੱਲੋਂ ਲੋਕਾਂ ਦੇ ਘਰਾਂ ਵਿੱਚ ਜਨਸੰਖਿਆ ਜਾਗਰੂਕ ਕਾਰਡ ਭੇਜਣੇ ਸ਼ੁਰੂ ਕਰ ਦਿੱਤੇ ਗਏ ਨੇ, ਪਰ 21 ਮਾਰਚ 2021 ਜਾਂ ਇਸ ਤੋਂ ਪਹਿਲਾਂ ਜਨਸੰਖਿਆ ਕਰਨ ਲਈ ਆਨਲਾਈਨ ਫਾਰਮ ਭਰਨ ਦੀ ਲੋੜ ਦੀ ਜਾਣਕਾਰੀ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਘਰਾਂ ਵਿੱਚ ਭੇਜੀ ਜਾਵੇਗੀ, ਜਿਸ ਵਿੱਚ ਹਰ ਪਰਿਵਾਰ ਨੂੰ ਲਾਗਇਨ ਕਰਨ ਲਈ ਬਾਕਾਇਦਾ ਕੋਡ ਜਾਰੀ ਕੀਤਾ ਜਾਵੇਗਾ। ਜੇ ਕੋਈ ਇਹ ਫਾਰਮ ਲਿਖਤੀ ਰੂਪ ਵਿੱਚ ਭਰਨਾ ਚਾਹੇ ਤਾਂ ਉਹ ਵਿਭਾਗ ਤੋਂ ਫੋਨ ਕਰਕੇ ਡਾਕ ਰਾਹੀਂ ਮੰਗਵਾ ਵੀ ਸਕਦਾ। ਵਿਭਾਗ ਵੱਲੋਂ ਗਲਤ ਜਾਣਕਾਰੀ ਦੇਣ ਵਾਲੇ ਅਤੇ ਮਰਦਮਸ਼ੁਮਾਰੀ ਪੂਰੀ ਨਾ ਕਰਨ ਵਾਲੇ ਨੂੰ £1000 ਜੁਰਮਾਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਅੰਕੜਾ ਵਿਭਾਗ ਵੱਲੋਂ ਅੰਗਰੇਜ਼ੀ ਤੋਂ ਇਲਾਵਾ ਪੰਜਾਬ ਭਾਸ਼ਾਵਾਂ ਦੇ ਵਿੱਚ ਜਨਸੰਖਿਆ ਸੰਬੰਧੀ ਵਿਸ਼ੇਸ਼ ਜਾਣਕਾਰੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪੰਜਾਬੀ, ਹਿੰਦੀ, ਉਰਦੂ, ਗੁਜਰਾਤੀ, ਨੇਪਾਲੀ, ਬੰਗਾਲੀ, ਜਾਪਾਨੀ, ਪਸ਼ਤੋ, ਫਾਰਸੀ ਅਤੇ ਹੋਰ ਯੂਰਪੀਅਨ ਭਾਸ਼ਾਵਾਂ ਵੀ ਸ਼ਾਮਲ ਨੇ। ਮਦਦ ਲਈ ਵੱਖ ਵੱਖ ਭਾਸ਼ਾਵਾਂ ਵਿੱਚ ਫੋਨਲਾਈਨਾਂ ਵੀ ਉਪਲਬਧ ਕਰਵਾਈਆਂ ਗਈਆਂ ਨੇ। ਆਵਾਜ਼ ਏਕਮ ਟੀਵੀ ਲਈ ਮਨਪ੍ਰੀਤ ਸਿੰਘ ਬਦਨੀ ਕਲਾਂ ਦੀ ਰਿਪੋਰਟ।